ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਮਨਾਇਆ ਗਿਆ ਪਲਾਸਟਿਕ ਫਰੀ ਡੇ। ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਕੀਤੀ ਗਈ ਸ਼ਿਰਕਤ। ਬੁੱਧਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਅਮਰੀਕ ਸਿੰਘ ਰੋਡ SSD ਗਰਲਜ਼ ਕਾਲਜ ਦੇ ਵਿੱਚ ਮਨਾਏ ਗਏ ਪਲਾਸਟਿਕ ਫਰੀ ਦਿਵਸ ਦੇ ਵਿੱਚ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਜਿੱਥੇ ਸ਼ਿਰਕਤ ਕੀਤੀ ਉੱਥੇ ਚੀਫ ਸੈਂਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਬੋਲਦਿਆਂ ਕਿਹਾ ਕਿ ਇਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ 42 ਦਿਨ ਮਨਾਇਆ ਜਾਵੇਗਾ। ਇਸ ਦੇ ਵਿੱਚ ਜਿਹੜੇ ਲਿਫਾਫੇ ਬਿਲਕੁਲ ਵੀ ਇਕੱਠੇ ਨਹੀਂ ਕੀਤੇ ਜਾਂਦੇ, ਹੁਣ ਉਹ ਵੀ ਲਿਫਾਫੇ ਇਕੱਠੇ ਕੀਤੇ ਜਾਣਗੇ ਅਤੇ ਇਸ ਨੂੰ ਲਗਾਤਾਰ ਮਨਾਉਣ ਤੋਂ ਬਾਅਦ ਉਹਨਾਂ ਲਿਫਾਫਿਆਂ ਦੀ ਜੋ ਆਪਣਾ ਕਿਸ ਤਰ੍ਹਾਂ ਵਰਤੋਂ ਕਰਨੀ ਹੈ ਉਸ ਸੰਬੰਧੀ ਵੀ ਅੱਜ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ SSD ਗਰਲਜ਼ ਕਾਲਜ ਦੀਆਂ ਤਸਵੀਰਾਂ ਜਿੱਥੇ ਅੱਜ ਪਲਾਸਟਿਕ ਫਰੀ ਦਿਵਸ ਮਨਾਇਆ ਗਿਆ ਹੈ ਅਤੇ ਉਸ ਦੇ ਵਿੱਚ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਇਹਦੇ ਵਿੱਚ ਸ਼ਿਰਕਤ ਕੀਤੀ ਗਈ ਹੈ। ਸੰਦੀਪ ਕਟਾਰੀਆ ਜੀ, ਚੀਫ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਬਠਿੰਡਾ। ਅੱਜ ਸਰ, ਜਿਵੇਂ ਕਿ ਤੁਸੀਂ ਜਾਣਦੇ ਹੋ, ਇੰਟਰਨੈਸ਼ਨਲ ਡੇ ਮਨਾਇਆ ਜਾ ਰਿਹਾ ਪਲਾਸਟਿਕ ਫਰੀ ਡੇ, 3 ਜੁਲਾਈ ਨੂੰ ਮਨਾਇਆ ਜਾਂਦਾ, ਹਰ ਸਾਲ ਹੀ ਮਨਾਇਆ ਜਾਂਦਾ। ਅੱਜ ਇੱਕ ਮੌਕਾ ਸੀ ਕਿ ਅਸੀਂ ਜਾਗਰੂਕ ਕਰੀਏ ਸਭ ਨੂੰ ਔਰ ਇਸ ਮੁਹਿੰਮ ਦੇ ਨਾਲ ਜੋੜੀਏ, ਤਾਂ ਇਹਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਕੀਤਾ ਹੈ ਸਿਵਲ ਡਿਫੈਂਸ ਵੱਲੋਂ। ਸਿਵਲ ਡਿਫੈਂਸ ਜੋ ਸੰਸਥਾ ਹੈ, ਇਹਨਾਂ ਵੱਲੋਂ ਕਾਰਪੋਰੇਸ਼ਨ ਨੂੰ ਇਹ ਦੱਸਿਆ ਗਿਆ ਕਿ ਅਸੀਂ ਇਸ 'ਤੇ ਕੰਮ ਕਰਨਾ ਚਾਹੁੰਦੇ ਹਾਂ ਔਰ 42 ਡੇਜ਼ ਇਹ ਪ੍ਰੋਗਰਾਮ ਚੱਲੇਗਾ ਲਗਾਤਾਰ। ਅੱਜ ਇਹਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਿਵਲ ਡਿਫੈਂਸ ਵੱਲੋਂ ਕੁਛ ਪਲਾਸਟਿਕ ਨੂੰ ਪਰਚੇਜ਼ ਵੀ ਕੀਤਾ ਜਾਏਗਾ, ਜਿਹੜਾ ਕਿ ਬਾਕੀ ਦੁਕਾਨਾਂ ਵਗੈਰਾ 'ਤੇ ਪਰਚੇਜ਼ ਨਹੀਂ ਹੁੰਦਾ, ਉਹਨੂੰ ਸਿਵਲ ਡਿਫੈਂਸ ਖਰੀਦੇਗੀ। ਔਰ ਹੁਣ ਅਸੀਂ ਔਰ ਨਾਲ ਇਹਦੇ ਅਸੀਂ ਸ਼ਹਿਰ ਦੇ ਅੰਦਰ ਪਲੋਗਿੰਗ ਡਰਾਈਵਸ ਵਗੈਰਾ ਵੀ ਚਲਾਵਾਂਗੇ, ਪਲਾਸਟਿਕ ਜਿੰਨਾ ਵੀ ਕੋਈ ਔਰ ਅਕਮੂਲੇਟ ਹੋਇਆ ਸ਼ਹਿਰ ਦੇ ਅੰਦਰ ਉਹਨੂੰ ਨਿਕਾਲਿਆ ਜਾ ਸਕੇ, ਉਹਨੂੰ ਨਿਕਾਲ ਕੇ ਉਹਨੂੰ ਡਿਸਪੋਜ਼ ਕਰਨ ਦੀ ਪ੍ਰੋਸੈਸ ਚਲਾਈ ਜਾਏਗੀ। ਇਹਦੇ ਨਾਲ ਕੁਛ ਰਾਹਤ ਵੀ ਮਿਲੇਗੀ, ਬਾਰਿਸ਼ ਦੇ ਦਿਨਾਂ 'ਚ ਕੋਈ ਬਲੋਕੇਜ ਨਹੀਂ ਹੋਏਗੀ ਜਾਂ ਕੁਛ ਨਹੀਂ ਹੋਏਗਾ। ਇਹ ਲਗਾਤਾਰ ਮੁਹਿੰਮ ਸਾਡੀ 42 ਦਿਨ ਚੱਲੇਗੀ, 14 ਅਗਸਤ ਤੱਕ ਚੱਲੇਗੀ ਮੁਹਿੰਮ। ਜੀ, ਮੈਂ ਸੋਨੂੰ ਮਹੇਸ਼ਵਰੀ, ਨੌਜਵਾਨ ਵੈਲਫੇਅਰ ਸੁਸਾਇਟੀ ਤੋਂ। ਅੱਜ ਸਿਵਲ ਡਿਫੈਂਸ ਦਾ ਵੀ ਮੈਂ ਪਾਰਟ ਹੈਗਾ ਤੇ ਅੱਜ ਸਿਵਲ ਡਿਫੈਂਸ ਵੱਲੋਂ ਇੰਟਰਨੈਸ਼ਨਲ ਪਲਾਸਟਿਕ ਫਰੀ ਡੇ ਜਿਹੜਾ ਇਹ ਮਨਾਇਆ ਜਾ ਰਿਹਾ। ਬਹੁਤ ਵੱਡਾ ਸੈਮੀਨਾਰ ਜਿਹੜਾ ਹੈਗਾ ਨਗਰ ਨਿਗਮ ਦੇ ਸਹਿਯੋਗ ਦੇ ਨਾਲ, ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ SID ਗਰਲ ਕਾਲਜ ਦੇ ਆਡੀਟੋਰੀਅਮ ਹਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈਗਾ। ਇਹ ਬਹੁਤ ਚੰਗਾ ਉਪਰਾਲਾ ਹੈਗਾ। ਇਸ ਦਾ ਮੁੱਖ ਉਦੇਸ਼ ਹੈ ਕਿ ਜਿਹੜਾ ਪਲਾਸਟਿਕ ਹੈਗਾ, ਪਲਾਸਟਿਕ ਆਪਣੇ ਇਨਵਾਇਰਮੈਂਟ ਵਾਸਤੇ ਬੜਾ ਖਤਰਨਾਕ ਹੈਗਾ, ਤਾਂ ਉਸਨੂੰ ਰੀਯੂਜ ਕਰਨਾ ਤੇ ਉਸਨੂੰ ਰੀਸਾਈਕਲ ਕਰਨਾ, ਇਸ ਦੇ ਸੰਬੰਧ ਦੇ ਵਿੱਚ ਜਾਗਰੂਕਤਾ ਜਿਹੜੀ ਇਹ ਕੀਤੀ ਜਾ ਰਹੀ ਹੈ। ਵੱਡੇ ਵੱਡੇ ਅਧਿਕਾਰੀ ਇੱਥੇ ਪਹੁੰਚੇ ਹੋਏ ਹੈ, ਜੱਜ ਸਾਹਿਬ ਵੀ ਇੱਥੇ ਆਏ ਹੈਗੇ ਹੈ, ਸਾਰੇ ਡਿਪਾਰਟਮੈਂਟ ਦੇ ਤੇ ਸਾਰੇ ਕੁਛ ਸਟੂਡੈਂਟਸ ਵੀ ਆਏ ਹੈਗੇ ਹੈ। ਤਾਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਊਗਾ। ਇਹ 42 ਦਿਨ ਦਾ ਜਿਹੜਾ ਹੈਗਾ ਇਹ ਲਗਾਤਾਰ ਇਹ ਚੱਲਣਾ ਹੈਗਾ। ਇਹ ਆਏ ਨਹੀਂ ਵੀ ਇਹ ਅੱਜ ਖਤਮ ਹੋ ਗਿਆ, ਇਸ ਤੋਂ ਬਾਅਦ ਜਿਹੜੀ ਅਵੇਅਰਨੈਸ ਇਹ ਫੈਲਾਈ ਜਾਊਗੀ ਅੱਗੇ ਦੀ ਅੱਗੇ ਸਿਵਲ ਡਿਫੈਂਸ ਵੱਲੋਂ ਤੇ ਸਾਰੇ ਪ੍ਰਸ਼ਾਸਨ ਵੱਲੋਂ ਵੀ। ਜਿਹੜਾ ਪਲਾਸਟਿਕ ਹੈਗਾ ਇਸ ਨੂੰ ਅਸੀਂ ਆਪਦੀ ਲਾਈਫ ਦੇ ਵਿੱਚ ਅਸੀਂ ਖਤਮ ਨਹੀਂ ਕਰ ਸਕਦੇ, ਪਰ ਇਸ ਨੂੰ ਅਸੀਂ ਘਟਾ ਸਕਦੇ ਹੈਗੇ ਆ। ਇਹਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਵੀ ਆਪਾਂ ਜਿਹੜਾ ਜਗ੍ਹਾ ਜਗ੍ਹਾ ਦੇ ਉੱਤੇ ਜਿਵੇਂ ਪੋਲੀਥੀਨ ਹੋ ਗਿਆ ਉਹਨੂੰ ਯੂਜ ਕਰਨ ਤੋਂ ਬਾਅਦ ਸੁੱਟ ਦਿੰਦੇ ਹੈਗੇ ਆ, ਉਹਦੇ ਨਾਲ ਜਿਵੇਂ ਨਾਲੀਆਂ ਸੀਵਰੇਜ ਵਗੈਰਾ ਬਲੌਕ ਹੋ ਜਾਂਦੇ, ਬੜੀ ਵੱਡੀ ਸਮੱਸਿਆ ਹੋ ਜਾਂਦੀ ਹੈ, ਪਸ਼ੂ ਪੱਖੀਆਂ ਦੇ ਲਈ ਵੀ ਇਹ ਹਾਨੀਕਾਰਕ ਹੈਗਾ। ਤਾਂ ਇਸ ਨੂੰ ਆਪਾਂ ਰੀਯੂਜ ਕਰਨਾ ਤੇ ਰੀਸਾਈਕਲ ਕਰਨਾ ਇਹਦਾ ਮੇਨ ਜਿਹੜਾ ਅੱਜ ਜਾਗਰੂਕਤਾ ਅਭਿਆਨ ਦਾ ਜਿਹੜਾ ਸ਼ੁਰੂਆਤ ਕੀਤੀ ਸੀ। ਜੀ ਬਿਲਕੁਲ, ਦੇਖੋ ਜਿਹੜੀ ਚੀਜ਼ ਆਪਾਂ ਨੂੰ ਬਾਜ਼ਾਰ ਦੇ ਵਿੱਚ ਈਜ਼ੀਲੀ ਮਿਲਦੀ ਹੋਊਗੀ ਤਾਂ ਘਰੋਂ ਕੋਈ ਵੀ ਕਸ਼ਟ ਨਹੀਂ ਕਰਦਾ ਬੰਦਾ, ਲੇਕਿਨ ਜੇ ਅਸੀਂ ਗੱਲ ਕਰੀਏ ਕੁੱਲੂ ਮਨਾਲੀ ਹਿਮਾਚਲ ਉੱਤਰਾਖੰਡ ਵਾਲੀ ਸਾਈਡ ਜੇ ਆਪਾਂ ਚਲੇ ਜਾਈਏ ਤਾਂ ਉੱਧਰ ਇਹ ਪੂਰੀ ਤਰ੍ਹਾਂ ਇੱਕ ਤਰੀਕੇ ਨਾਲ ਬੈਨ ਹੈ। ਉੱਥੋਂ ਲੋਕ ਆਪਦੇ ਘਰ ਦੇ ਵਿੱਚੋਂ ਨਾ ਝੋਲੇ ਲੈ ਕੇ ਨਿਕਲਦੇ ਹੈਗੇ, ਜੂਟ ਦੇ ਬਣੇ ਹੋਏ, ਕੱਪੜੇ ਦੇ ਬਣੇ ਹੋਏ ਝੋਲੇ ਲੈ ਕੇ ਨਿਕਲਦੇ ਆ।
ਜਦੋਂ ਤੱਕ ਮਾਰਕੀਟ ਦੇ ਵਿੱਚ ਕੋਈ ਚੀਜ਼ ਈਜ਼ੀਲੀ ਅਵੇਲੇਬਲ ਹੋਊਗੀ, ਚਾਹੇ ਮੈਂ ਆ, ਮੈਂ ਵੀ ਘਰੋਂ ਚੱਕਰ ਲੱਗੇ ਸੋਚੂਗਾ ਵੀ ਮੈਂ ਚੱਕ ਕੇ ਕੀ ਕਰਨਾ, ਮੇਰੇ ਮਿਲ ਤਾਂ ਜਾਣਾ ਹੀ ਹੈਗਾ ਬਾਜ਼ਾਰ ਦੇ ਵਿੱਚ, ਤਾਂ ਥੋੜ੍ਹਾ ਜਿਹਾ ਪ੍ਰਸ਼ਾਸਨ ਨੂੰ ਇੱਥੇ ਰੋਲ ਇਹ ਦਿਖਾਉਣਾ ਚਾਹੀਦਾ ਵੀ ਜਿਹੜੇ ਦੁਕਾਨਦਾਰ ਜਾਂ ਕੋਈ ਫੜੀ ਰੇੜੀ ਵਾਲੇ ਵੇਚਦੇ ਹੈਗੇ ਉਹਨਾਂ 'ਤੇ ਸਖਤਾਈ ਕਰਨ ਦੀ ਥਾਂ 'ਤੇ ਜਿਹੜੀ ਮੈਨੂਫੈਕਚਰਲ ਕੰਪਨੀ ਹੈ ਉਹ 7-8 ਹੁੰਦੀ ਹੈ, ਤੁਸੀਂ 7-8 ਹਜ਼ਾਰ 'ਤੇ ਐਕਸ਼ਨ ਲੈਣ ਦੀ ਥਾਂ 'ਤੇ ਉਹ 7-8 ਕੰਪਨੀਆਂ ਉੱਤੇ ਐਕਸ਼ਨ ਲੈ ਕੇ ਉਸਨੂੰ ਬੰਦ ਕਰਾਓ, ਆਪਣੇ ਆਪ ਹੀ ਜੁੜਦਾ ਆਪਣੇ ਆਪ ਸ਼ੁਰੂ ਹੋ ਜੂਗਾ ਜੀ। ਪਿੱਛੇ ਜੀ ਹੁਣ 2-3 ਸਾਲ ਪਹਿਲਾਂ ਬੜੀ ਸਖਤਾਈ ਹੋਈ ਸੀਗੀ ਉਦੋਂ, ਸ਼ਾਇਦ 2016-17 ਦੀ ਗੱਲ ਹੈ, ਐਡੀ ਜ਼ਿਆਦਾ ਸਖਤਾਈ ਹੋਈ ਸੀ ਵੀ ਸਿੰਗਲ ਯੂਜ਼ ਪਲਾਸਟਿਕ ਨੂੰ ਲੈ ਕੇ ਉਹਨਾਂ ਨੇ ਸਖਤਾਈ ਕੀਤੀ ਸੀ ਪ੍ਰਸ਼ਾਸਨ ਨੇ। ਉਦੋਂ ਲੋਕ ਘਰਾਂ ਦੇ ਵਿੱਚੋਂ ਝੋਲੇ ਕੱਢਣ ਲੱਗ ਗਏ ਸੀ ਆਪਦੇ, ਬਾਜ਼ਾਰ 'ਚ ਮਿਲਣਾ ਬੰਦ ਹੋ ਗਿਆ ਸੀ, ਲੇਕਿਨ ਫਿਰ ਹੁਣ ਸਰਕਾਰ ਦੀ ਹੀ ਢਿੱਲ ਹੈਗੀ ਹੈ, ਤਾਂ ਲੋਕ ਥੋੜ੍ਹੇ ਜਿਹੇ ਅਵੇਸਲੇ ਹੁੰਦੇ ਹੈਗੇ ਹੈ, ਜੇ ਥੋੜ੍ਹਾ ਜਿਹਾ ਸਰਕਾਰ ਵੀ ਸਾਥ ਦੇਵੇ ਨਾ ਇਸ ਗੱਲ ਦੇ ਵਿੱਚ। ਦੇਖੋ ਛੋਟੇ ਲੋਕਾਂ ਨੂੰ ਤੰਗ ਨਾ ਕਰੋ ਤੁਸੀਂ, ਜੇ ਕੋਈ ਚੀਜ਼ ਅਵੇਲੇਬਲ ਹੋਊਗੀ ਉਹਨਾਂ ਨੇ ਖਰੀਦਣੀ ਹੈਗੀ ਹੈ, ਬਾਜ਼ਾਰ ਦੇ ਵਿੱਚ ਉਹਨਾਂ ਨੂੰ ਈਜ਼ੀਲੀ ਮਿਲ ਰਹੀ ਹੈ, ਫ੍ਰੀ ਮਿਲ ਰਹੀ ਹੈ, ਉਹ ਅਗਲਾ ਲੈ ਲੈਂਦਾ ਹੈਗਾ, ਘਰੋਂ ਨਹੀਂ ਲੈ ਕੇ ਜਾਂਦਾ। ਤਾਂ ਜਿਹੜੀ ਫੈਕਟਰੀਆਂ ਹੈਗੀਆਂ, ਜੇ ਉਹਨੂੰ ਫੈਕਟਰੀਆਂ ਨੂੰ ਵੀ ਬੈਨ ਕਰ ਦਿੱਤਾ ਜਾਵੇ। ਸਰ ਕੀ ਨਾਮ ਹੈ ਤੁਹਾਡਾ, ਕੀ ਕਹਿਣਾ ਚਾਹੁੰਦੇ? ਮੈਂ ਸੁਰੇਸ਼ ਕੁਮਾਰ ਗੋਇਲ, ਸੀਜੀਐਮ ਕੰਮ ਸੈਕਟਰੀ DLSA ਬਠਿੰਡਾ ਹਾਂ। ਅੱਜ ਜਿਹੜਾ 1-3 ਜੁਲਾਈ ਦਾ ਜਿਹੜਾ ਵਰਲਡ ਪਲਾਸਟਿਕ ਫਰੀ ਡੇ ਰੱਖਿਆ ਗਿਆ ਹੈ, ਇਹਦਾ ਇੱਕ ਰੋਜ਼ਾ ਅਵੇਅਰਨੈਸ ਪ੍ਰੋਗਰਾਮ SSD ਕਾਲਜ ਗਰਲਜ਼ ਦੇ ਵਿੱਚ ਬਠਿੰਡਾ ਵਿੱਚ ਵੀ ਰੱਖਿਆ ਗਿਆ, ਜਿਸ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਬਠਿੰਡਾ ਅਤੇ ਸਿਵਲ ਡਿਫੈਂਸ ਬਠਿੰਡਾ ਵੱਲੋਂ ਇੱਕ ਬੱਚਿਆਂ ਨੂੰ ਔਰ ਸਮਾਜ ਨੂੰ ਇੱਕ ਡਰਾਈਵ ਰੱਖੀ ਗਈ ਹੈ, ਜਿਸ ਨਾਲ ਅਸੀਂ ਕਿਵੇਂ ਪਲਾਸਟਿਕ ਮੁਕਤ ਹੋ ਸਕਦੇ ਹਾਂ ਔਰ ਕਿਵੇਂ ਇਹਦੀ ਜਿਹੜੀ ਯੂਜ਼ ਹੈ ਉਸਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ ਔਰ ਗਾਹਾਂ ਫਰਦਰ ਇਹਦੇ ਕਿਵੇਂ ਇਹਨੂੰ ਯੂਜ਼ 'ਚ ਲਿਆ ਸਕਦੇ ਹਾਂ। ਸੋ ਮੈਂ ਬਠਿੰਡਾ ਵਾਸੀਆਂ ਨੂੰ ਅੱਜ ਦੇ ਦਿਨ ਇਹ ਕਹਾਂਗਾ ਵੀ ਅਸੀਂ ਘੱਟੋ ਘੱਟ ਪਲਾਸਟਿਕ ਦੀ ਵਰਤੋਂ ਕਰੀਏ, ਔਰ ਜੇ ਅਸੀਂ ਪਲਾਸਟਿਕ ਵਰਤੋਂ ਕਰ ਰਹੇ ਹਾਂ ਤਾਂ ਅਸੀਂ ਉਹਦਾ ਸਹੀ ਉਪਯੋਗ ਕਰਨ ਵਾਸਤੇ ਇਹਨੂੰ ਰਿਡਿਊਸ ਕਰੀਏ ਔਰ ਉਹਨੂੰ ਰੀਯੂਜ ਕਰਨ ਵਾਸਤੇ ਉਹਨਾਂ ਨੂੰ ਅਸੀਂ ਇਸਤੇਮਾਲ ਕਰੀਏ। ਸੋ ਸਾਰੇ ਬਠਿੰਡਾ ਵਾਸੀਆਂ ਨੂੰ ਇਹੀ ਪ੍ਰਾਰਥਨਾ ਹੈ ਵੀ 3 ਜੁਲਾਈ ਜੋ ਅੱਜ ਅਸੀਂ ਮਨਾ ਰਹੇ ਹਾਂ ਫਰੀ ਵਰਲਡ ਜਿਹੜਾ ਪਲਾਸਟਿਕ ਡੇ ਹੈ, ਇਸ ਨੂੰ ਅਸੀਂ ਮੁਹਿੰਮ ਨੂੰ ਘਰ ਘਰ ਪਹੁੰਚਾਈਏ ਤਾਂ ਕਿ ਅਸੀਂ ਪਲਾਸਟਿਕ ਦੀ ਜਿਹੜੀ ਹੈ ਆਉਣ ਵਾਲੀ ਸਮੱਸਿਆ ਉਹਨੂੰ ਦੂਰ ਕਰ ਸਕੀਏ। ਸਰ ਕੀ ਕਾਰਨ ਮੰਨਦੇ? ਅਸੀਂ ਕੱਲ ਵੀ ਮੰਡੀ 'ਚ ਖਬਰ ਕੀਤੀ ਸੀ, ਵੱਡੀ ਪੱਧਰ ਤੇ ਜਿਹੜੇ ਲਿਫਾਫੇ ਆ ਪਲਾਸਟਿਕ ਦੇ ਵਿਕ ਰਹੇ ਆ, ਜਿਹੜੇ ਦੁਕਾਨਦਾਰ ਆ ਛੋਟੇ ਦੁਕਾਨਦਾਰ ਉਹ ਕਹਿ ਰਹੇ ਆ ਵੀ ਲੋਕ ਥੱਲੇ, ਦੇਖੋ ਜਿੰਨਾ ਤੱਕ ਸਾਡੇ ਕੋਲ ਇਹਨਾਂ ਦਾ ਕੋਈ ਅਲਟਰਨੇਟ ਨਹੀਂ ਆਏਗਾ ਤਾਂ ਅਸੀਂ ਇਹਦੀ ਜਿਹੜੀ ਵਰਤੋਂ ਅਸੀਂ ਕਰਦੇ ਰਹਾਂਗੇ। ਮੈਂ ਆਪਣੀ ਇੱਕ ਐਗਜ਼ਾਮਪਲ ਦੱਸਦਾ, ਮੈਂ ਕਿਸੇ ਟਾਈਮ ਜਦੋਂ ਪੋਸਟਰ ਸੀ, ਜਲੰਧਰ ਪੋਸਟਰ ਰਿਹਾ, ਲੁਧਿਆਣਾ ਪੋਸਟਰ ਰਿਹਾ, ਤਾਂ ਮੈਂ ਮੰਡੀ ਜਾਂਦਾ ਸੀ, ਆਪ ਖੁਦ ਜਾਂਦਾ ਸੀ, ਤਾਂ ਉੱਥੇ ਅਸੀਂ ਕੀ ਕਰਦੇ ਸੀਗੇ, ਇੱਕ ਥੈਲਾ ਜਿਹੜਾ ਖਾਸ ਕਰਕੇ ਸੀਮੈਂਟ ਦਾ ਹੈ, ਇਹਨੂੰ ਉਹ ਲੋਕ ਤਿਆਰ ਕਰ ਲੈਂਦੇ ਸੀਗੇ, 10 ਰੁਪਏ ਦਾ ਉਹ ਥੈਲਾ ਮਿਲ ਜਾਂਦਾ ਸੀ, ਅਸੀਂ ਸਾਰੀਆਂ ਸਬਜ਼ੀਆਂ ਪਾ ਕੇ ਜੇ ਅਸੀਂ ਨਹੀਂ ਵੀ ਲੈ ਕੇ ਜਾਂਦੇ ਸੀ ਪਲਾਸਟਿਕ, ਤਾਂ ਉਹਦੇ ਵਿੱਚ ਥੈਲੇ 'ਚ 10 ਰੁਪਏ ਦੇ ਵਿੱਚ ਉਹ ਜਿਹੜਾ ਪਲਾਸਟਿਕ ਦਾ ਲਿਫਾਫਾ ਅਸੀਂ ਘਰ ਲਿਆਉਂਦੇ ਸੀਗੇ। ਉਹਦੇ ਨਾਲ ਮੋਸਟਲੀ ਜਿਹੜੇ ਛੋਟੇ ਦੁਕਾਨਦਾਰ ਇਹੀ ਬਹਾਨਾ ਦਿੰਦੇ ਨੇ ਵੀ ਆਹ ਲਓ ਜੀ ਤੁਸੀਂ ਸਬਜ਼ੀ ਲੈ ਜਾਓ, ਤੁਹਾਡੀ ਹੱਥ 'ਚ ਫੜਾ ਦਿੰਦੇ ਹਾਂ, ਤੁਸੀਂ ਦੇਖੋ ਕਿਵੇਂ ਯੂਜ਼ ਕਰਨਾ, ਅਸੀਂ ਪਲਾਸਟਿਕ ਨਹੀਂ ਲਿਫਾਫਾ ਨਹੀਂ ਵੀ ਲੈ ਕੇ ਗਏ, ਤਾਂ ਅਸੀਂ ਛੋਟੀ ਜਿਹੀ ਕੀਮਤ ਨਾਲ 10 ਰੁਪਏ ਨਾਲ ਉਹ ਜਿਹੜਾ ਪਲਾਸਟਿਕ ਦਾ ਜਿਹੜਾ ਹੈ ਉਹ ਫਿਰ ਵੀ ਯੂਜ਼ ਹੋ ਜਾਂਦਾ ਹੈ। ਸੋ ਇਸ ਦੀ ਸਮੱਸਿਆ ਜਿਹੜੀ ਅਸੀਂ ਸਬਜ਼ੀ ਮੰਡੀ 'ਚ ਦੂਰ ਕਰ ਸਕਦੇ ਹਾਂ। ਇਹ ਲਿਫਾਫੇ ਨਾਲੇ ਤਾਂ ਦੇਖੋ ਰੋਜ਼ਗਾਰ ਮਿਲੇਗਾ, ਜੋ ਵੀ ਬੰਦਾ ਸੀਮੈਂਟ ਤੋਂ ਲਿਫਾਫਾ ਝੋਲਾ ਬਣਾਏਗਾ ਉਹਨੂੰ ਵੀ ਰੋਜ਼ਗਾਰ ਮਿਲੇਗਾ, ਪਲਾਸਟਿਕ ਦੀ ਜਿਹੜੀ ਹੈ ਦੁਰਵਰਤੋਂ ਉਹਨੂੰ ਵੀ ਅਸੀਂ ਰੋਕ ਸਕਦੇ।